अस्सलाम वालेकुम नाजरीन, मैं शाजिया शहजाद के चैनल पर तुम्हें खुश आमदीद कहनी है, जी आया नू कहनी है। तो अज मैं तुम्हें दुपट्टे के उत्ते किरण लैस लगा के दिखानी हाँ कि दुपट्टे ते किरण लैस किस तरह लगती है। एदा अजकल बहुत ज़्यादा रिवाज होया हो, पहले भी एदा बहुत ज़्यादा फैशन सी। तो यह मैं तुम्हें ला के दिखानी हाँ कि किस तरह लगती है। नाजरीन है तुसी देख सकते हो, छोटा छोटा टांका लैके तो लगा रहे हैं, तो बाद इनू हाथ नाल सीधा कर देंगे किरण नू। नाजरीन है तुसी देख सकते हो कि मैं एक पूरा हिस्सा मुकम्मल कर लिया, एक लंबी लाइन। तो इधर हूँ मैं छोटी साइड वाल मोड़न लगी हाँ, तो तुसी देख सकते हो कि मैं कोना किस तरह का बनाया है। सीधा तो हाथ ही लगा लेंदा, कोने ते आके थोड़ा करना पैंदा ध्यान। देख सकते हो तुसी कि किस तरह मैं मोड़िया है इन कोने नू। नाल नाल अंदर दी तरफ इन थोड़ा फोल्ड कर लेना कपड़े में, ताकि इहदी कन्नी सही रहे। इतों की असी इन इस तरह करके ना सही कर लें। थले कपड़े च नहीं यदा हिस्सा लेना है, सिर्फ उपरों एद कोना सही बिठाने वास्ते कर रहे हैं। जिस टाइम दूसरे चक्कर की सिलाई आनी है उस टाइम इन्हें फिर पक्का होना है। और ऐसे तरह ही असी चारों चार चफेरे ये लगा लेने, चारों तो तरफ यदि ऐसे तरह किरण लैस लगाने हैं, फिर तुम दिखाने कि दूसरी तरह किस तरह लगानी है। बेगम साहब तुसी तो बाहर बह के लगे असी आ काम करन, ते अंदर भज जाए बाहर, अपने नेरा हो गया शाम दा टाइम। हां जी बाहर नेरा हो गया सी ते नजर नहीं सी आ रहा, ते इस वास्ते मैं फिर अंदर आ गई हूं। मैं फिर थोड़ा जिहा इस टाइम मच्छर भी वैसे तंग कर रहा हैगा, ते नाले अंधेरा भी हो गया, शाम दा टाइम है ना। हां जी ते देना भी जरूरी सी ना दुपट्टा इस वास्ते। हां जी तुहानू पता है मोहल्ले दे विच अपने हजे भी आ बाजे बजदे पए ने उधर नू। हां जी उन्होंने लोगों दी रस्में हैगियां ने, शादी ब्याह दी हैगियां, ते फिर
ਬੇਗਮ ਸਾਹਿਬਾਂ ਨੂੰ ਮਾੜਾ ਮੋਟਾ ਕੰਮ ਕਰਨਾ ਆਉਂਦਾ ਹੈ, ਤੁਹਾਨੂੰ ਪਤਾ ਦੁਪੱਟੇ ਦਾ, ਉੱਤੇ ਲੈਸ ਲਾ ਲੈਂਦੇ ਨੇ ਕਿ ਉੱਤੇ ਹਾਰ ਵੀ ਜਿੱਦਾਂ ਦਾ ਮਰਜ਼ੀ ਕੰਮ ਕਰਨਾ ਕਰਾਉਣਾ ਹੈ ਉਹ ਕਰ ਲੈਂਦੇ ਨੇ ਸਾਰਾ। ਤੇ ਫਿਰ ਉਹ ਚੰਦਾ ਮਕਮ ਬਣਾਉਂਦੇ ਹਾਂ। ਦੁਪੱਟਾ ਇਹਨਾਂ ਦਾ ਮੁਕੰਮਲ ਹੋ ਚੱਲਣਾ ਹੈ। ਬੇਗਮ ਸਾਹਿਬਾਂ ਨੂੰ ਸਿਲਾਈ ਕਢਾਈ ਅਤੇ ਲੈਸ ਵਗੈਰਾ ਲਾਉਣਾ ਦੁਪੱਟੇ 'ਤੇ, ਅਤੇ ਹੋਰ ਵੀ ਹੈ ਜਿਹੜਾ ਇੱਦਾਂ ਦਾ ਜਿਹੜਾ ਵੀ ਕੰਮ ਹੈਗਾ ਨਾ ਸਾਰਾ ਕਰ ਲੈਂਦੀਆਂ ਨੇ। ਅਤੇ ਜਿਸ ਕਿਸੇ ਮੇਰੀ ਭੈਣ ਨੇ ਕੰਮ ਇੱਕ ਕਰਾਉਣਾ ਹੋਵੇ ਤਾਂ ਇਹ ਉਹ ਆ ਕੇ ਦਰਵਾਜ਼ੇ 'ਤੇ ਇਹਨਾਂ ਕੋਲ ਘਰ ਵਿੱਚ ਕਰਵਾ ਵੀ ਸਕਦੇ ਨੇ। ਅੱਛਾ, ਤੇ ਇਹਦਾ ਮਤਲਬ ਕੁਝ ਬਾਜੀ ਜਿਹੜੀ ਆਈ ਸੀ ਆਪਣੀ ਉਹ ਇਸੇ ਵਾਸਤੇ ਆਈ ਸੀ? ਹਾਂਜੀ, ਉਹਨਾਂ ਨੇ ਕਿਹਾ ਸੀ ਕਿ ਵੀ ਸਾਡੀ ਬਰਾਤ ਜਲਦੀ 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 ਦੇ ਦਿਓ। ਆ ਸ਼ਾਦੀ ਤੇ ਫਿਰ ਤੁਹਾਨੂੰ ਪਤਾ ਉਹਨਾਂ ਨੇ ਸ਼ਾਮਲ ਹੋਣਾ ਹੁੰਦਾ ਤੇ ਕੋਈ ਨਹੀਂ, ਫਾਰਗ ਟਾਈਮ ਜਿਹੜਾ ਆਵੇ ਉਹਦੇ ਵਿੱਚ ਮਿਹਨਤ ਕਰ ਲੈਣ ਵਿੱਚ ਕੋਈ ਹਰਜ ਕੋਈ ਨਹੀਂ ਹੈਗਾ ਜੀ। ਬੜੀ ਪਿਆਰੀ ਲੱਗ ਰਹੀ ਹੈ ਬੇਗਮ ਸਾਹਿਬਾ। ਹਾਂ, ਤੇ ਸ਼ਾਦੀਆਂ ਵੀ ਆਵਾ ਤੇ ਵੇਖ ਲਓ ਇਸ ਤਰ੍ਹਾਂ ਦੇ ਸੋਹਣੇ ਲੱਗਦੇ ਨੇ। ਹਾਂਜੀ, ਪਿਆਰੀ ਲੱਗ ਰਹੀ ਹੈ। ਮੈਂ ਕਿਹਾ ਸੀ ਜਲਦੀ ਜਲਦੀ ਮੁਕੰਮਲ ਕਰ ਲਾਂ ਕਿ ਉਹਨੇ ਫਿਰ ਲੈਣ ਵਾਸਤੇ ਆ ਜਾਣੇ। ਸਹੀ ਹੈ, ਠੀਕ ਹੋ ਗਿਆ, ਸਹੀ ਲੱਗ ਗਈ ਹੈ ਨਾ। ਹਾਂਜੀ, ਨਾਜ਼ਰੀ ਨੇ ਤੁਸੀਂ ਦੇਖੋ ਆਪਣੇ ਜਿਹੜਾ ਬੇਗਮ ਸਾਹਿਬਾ ਨੇ ਜਿਹੜਾ ਇਹਨਾਂ ਦੁਪੱਟੇ ਦੇ ਉੱਤੇ ਜਿਹੜਾ ਆਪਣੇ ਅੱਜ ਕੰਮ ਕੀਤਾ ਹੈ, ਲੈਸ ਲਾਈ ਆਪਣੇ ਬੇਗਮ ਸਾਹਿਬਾ, ਕੀ ਇਹਨੂੰ ਕਹਿੰਦੇ ਨੇ? ਇਹਨੂੰ ਕਿਰਨ ਵਾਲੀ ਲੈਸ ਕਹਿੰਦੇ, ਕਿਰਨ ਵਾਲੀ ਲੈਸ ਕਹਿੰਦੇ ਨੇ ਜੀ ਇਹਨਾਂ। ਇੱਕ ਕਿਰਨ ਲੱਪਾ ਵੀ ਹੁੰਦਾ ਵੇ, ਉਹ ਗੋਟੇ ਦੇ ਨਾਲ ਲੱਗਦਾ ਵੇ, ਉਹ ਜ਼ਿਆਦਾ ਚੌੜਾ ਹੁੰਦਾ ਹੈ, ਤੇ ਇਹ ਕਿਰਨ ਵਾਲੀ ਲੈਸ ਹੈ। ਬਹੁਤ ਪਿਆਰੀ ਲੱਗ ਰਹੀ ਹੈਗੀ ਹੈ, ਤੇ ਦਿਨੇ ਦਿਨੇ ਕੰਮ ਕਰ ਲਿਆ ਕਰੋ ਤੁਸੀਂ ਵੀ ਆਪਣੇ ਜਿਹੜਾ ਨਾ। ਸ਼ਾਮ ਦਾ ਟਾਈਮ ਹੋ ਗਿਆ ਸੀ ਤੇ ਫਿਰ ਬਾਹਰ ਇਸ ਲਈ ਹਨੇਰਾ ਸੀ ਹੈਗਾ, ਤੇ ਚਲੋ ਠੀਕ ਹੈ ਅੰਦਰ ਬਹਿ ਕੇ ਕਰ ਲਿਆ ਜੇ, ਚਲੋ ਦੇਣਾ ਜ਼ਰੂਰੀ ਸੀ ਨਾ, ਦੇਣਾ ਜ਼ਰੂਰੀ ਸੀ ਨਹੀਂ ਤੇ ਮੈਂ ਕੱਲ ਕਰ ਲੈਣਾ ਸੀ। ਇਸ ਵਾਸਤੇ ਜਿਹੜਾ ਨਾ ਕਿ ਵੀ ਆਪਣੇ ਕਹਿ ਲਓ ਕਿ ਐਮਰਜੈਂਸੀ ਸੀ ਹੈਗਾ, ਉਹਦੇ ਵਿੱਚ ਆਪਣੇ ਜਿਹੜਾ ਕਰਕੇ ਦੇਣਾ ਜ਼ਰੂਰੀ ਸੀ ਹੈਗਾ, ਤੇ ਫਿਰ ਚਲੋ ਠੀਕ ਹੋ ਗਿਆ ਨਾ, ਬਿਹਤਰੀਨ ਹੋ ਗਿਆ। ਨਾਜ਼ਰੀਨ, ਆਪਣੀ ਬੇਗਮ ਸਾਹਿਬਾਂ ਨੇ ਤੁਹਾਡੇ ਸਾਹਮਣੇ ਜਿਹੜਾ ਕੰਮ ਕਰਕੇ ਦਿਖਾਇਆ, ਤੁਹਾਨੂੰ ਕੈਸਾ ਲੱਗਿਆ ਹੈ? ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਨਾ ਤੇ ਪਿਆਰੇ ਜਿਹੇ ਕਮੈਂਟ ਵੀ ਕਰਨਾ, ਜਿਸ ਤਰ੍ਹਾਂ ਮੈਂ ਅੱਗੇ ਕਹਿ ਰਿਹਾ ਹਾਂ ਕਿ ਵੀ ਪਿਆਰੇ ਪਿਆਰੇ ਕਮੈਂਟ ਕਰਨੇ ਨੇ ਹੈਗੇ, ਤੁਹਾਡੇ ਪਿਆਰੇ ਪਿਆਰੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹਿਣਾ ਹੈ। ਤੇ ਇਹਦੇ ਨਾਲ ਹੀ ਆਪਣੇ ਸ਼ਾਦੀਆ ਸ਼ਦਾਰ ਨੂੰ ਆਪਣੇ ਸ਼ਾਦੀਆ ਸ਼ਦਾਰ ਦੇ ਚੈਨਲ 'ਤੇ ਇਜਾਜ਼ਤ ਦਿਓ। ਅੱਲਾ ਹਾਫਿਜ਼।